ਬਈ ਬੀਜੇਪੀ ਦਾ ਇਸ ਸੁੱਚਾ ਸਿੰਘ ਲਗਾ ਦੀ ਮਾਫੀ ਨਾਲ ਕੀ ਸੰਬੰਧ ਹੈ? ਬਈ ਇਹ ਧਾਰਮਿਕ ਮਾਮਲਾ ਆ, ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇਹਦਾ ਫੈਸਲਾ ਕੀਤਾ ਹੈ, ਕਰਨਾ ਨਹੀਂ ਕਰਨਾ ਉਹਨਾਂ ਦਾ ਕੰਮ ਹੈ। ਹਾਂ, ਅਕਾਲੀ ਦਲ ਇਸ ਲਈ ਪਰੇਸ਼ਾਨ ਔਰ ਹੈਰਾਨ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਇਹ ਸੁਖਬੀਰ ਬਾਦਲ ਦੇ ਹੁਕਮ ਤੋਂ ਬਿਨਾਂ ਕਿੱਦਾਂ ਫੈਸਲਾ ਕਰਦੇ ਹੈ। ਉਹ ਚਾਹੁੰਦੇ ਹੈ ਕਿ ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਅਕਾਲ ਤਖਤ ਚੱਲੇ ਨਾ, ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਕੰਮ ਹੀ ਨਾ ਕਰੇ, ਔਰ ਅਕਾਲ ਤਖਤ ਸਾਹਿਬ ਨੂੰ ਉਹ ਆਪਣੇ ਅਧੀਨ ਸੁਖਬੀਰ ਬਾਦਲ ਰੱਖਣਾ ਚਾਹੁੰਦੇ ਹੈ। ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਹੈ, ਇਹ 'ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗੇ। ਬਈ ਬੀਜੇਪੀ ਦਾ ਇਸ ਸੁੱਚਾ ਸਿੰਘ ਲਗਾ ਦੀ ਮਾਫੀ ਨਾਲ ਕੀ ਸੰਬੰਧ ਹੈ? ਬਈ ਇਹ ਧਾਰਮਿਕ ਮਾਮਲਾ ਆ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਇਹਦਾ ਫੈਸਲਾ ਕੀਤਾ ਹੈ, ਕਰਨਾ ਨਹੀਂ ਕਰਨਾ ਉਹਨਾਂ ਦਾ ਕੰਮ ਹੈ। ਹਾਂ, ਅਕਾਲੀ ਦਲ ਇਸ ਲਈ ਪਰੇਸ਼ਾਨ ਔਰ ਹੈਰਾਨ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹ ਸੁਖਬੀਰ ਬਾਦਲ ਦੇ ਹੁਕਮ ਤੋਂ ਬਿਨਾਂ ਕਿੱਦਾਂ ਫੈਸਲਾ ਕਰਦੇ ਹੈ। ਉਹ ਚਾਹੁੰਦੇ ਹੈ ਕਿ ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਅਕਾਲ ਤਖ਼ਤ ਚੱਲੇ ਨਾ, ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਕੰਮ ਹੀ ਨਾ ਕਰੇ, ਔਰ ਅਕਾਲ ਤਖ਼ਤ ਸਾਹਿਬ ਨੂੰ ਉਹ ਆਪਣੇ ਅਧੀਨ ਸੁਖਬੀਰ ਬਾਦਲ ਰੱਖਣਾ ਚਾਹੁੰਦੇ ਹੈ। ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਹੈ, ਇਹ 'ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗੇ। ਬਈ ਬੀਜੇਪੀ ਦਾ ਇਸ ਸੁੱਚਾ ਸਿੰਘ ਲਗਾ ਦੀ ਮਾਫੀ ਨਾਲ ਕੀ ਸੰਬੰਧ ਹੈ? ਬਈ ਇਹ ਧਾਰਮਿਕ ਮਾਮਲਾ ਆ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਇਹਦਾ ਫੈਸਲਾ ਕੀਤਾ ਹੈ, ਕਰਨਾ ਨਹੀਂ ਕਰਨਾ ਉਹਨਾਂ ਦਾ ਕੰਮ ਹੈ। ਹਾਂ, ਅਕਾਲੀ ਦਲ ਇਸ ਲਈ ਪਰੇਸ਼ਾਨ ਔਰ ਹੈਰਾਨ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹ ਸੁਖਬੀਰ ਬਾਦਲ ਦੇ ਹੁਕਮ ਤੋਂ ਬਿਨਾਂ ਕਿੱਦਾਂ ਫੈਸਲਾ ਕਰਦੇ ਹੈ। ਉਹ ਚਾਹੁੰਦੇ ਹੈ ਕਿ ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਅਕਾਲ ਤਖ਼ਤ ਚੱਲੇ ਨਾ, ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਕੰਮ ਹੀ ਨਾ ਕਰੇ, ਔਰ ਅਕਾਲ ਤਖ਼ਤ ਸਾਹਿਬ ਨੂੰ ਉਹ ਆਪਣੇ ਅਧੀਨ ਸੁਖਬੀਰ ਬਾਦਲ ਰੱਖਣਾ ਚਾਹੁੰਦੇ ਹੈ। ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਹੈ, ਇਹ 'ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗੇ। ਬਈ ਬੀਜੇਪੀ ਦਾ ਇਸ ਸੁੱਚਾ ਸਿੰਘ ਲਗਾ ਦੀ ਮਾਫੀ ਨਾਲ ਕੀ ਸੰਬੰਧ ਹੈ? ਬਈ ਇਹ ਧਾਰਮਿਕ ਮਾਮਲਾ ਆ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਇਹਦਾ ਫੈਸਲਾ ਕੀਤਾ ਹੈ, ਕਰਨਾ ਨਹੀਂ ਕਰਨਾ ਉਹਨਾਂ ਦਾ ਕੰਮ ਹੈ। ਹਾਂ, ਅਕਾਲੀ ਦਲ ਇਸ ਲਈ ਪਰੇਸ਼ਾਨ ਔਰ ਹੈਰਾਨ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹ ਸੁਖਬੀਰ ਬਾਦਲ ਦੇ ਹੁਕਮ ਤੋਂ ਬਿਨਾਂ ਕਿੱਦਾਂ ਫੈਸਲਾ ਕਰਦੇ ਹੈ। ਉਹ ਚਾਹੁੰਦੇ ਹੈ ਕਿ ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਅਕਾਲ ਤਖ਼ਤ ਚੱਲੇ ਨਾ, ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਕੰਮ ਹੀ ਨਾ ਕਰੇ, ਔਰ ਅਕਾਲ ਤਖ਼ਤ ਸਾਹਿਬ ਨੂੰ ਉਹ ਆਪਣੇ ਅਧੀਨ ਸੁਖਬੀਰ ਬਾਦਲ ਰੱਖਣਾ ਚਾਹੁੰਦੇ ਹੈ। ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਹੈ, ਇਹ 'ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗੇ। ਬਈ ਬੀਜੇਪੀ ਦਾ ਇਸ ਸੁੱਚਾ ਸਿੰਘ ਲਗਾ ਦੀ ਮਾਫੀ ਨਾਲ ਕੀ ਸੰਬੰਧ ਹੈ? ਬਈ ਇਹ ਧਾਰਮਿਕ ਮਾਮਲਾ ਆ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਇਹਦਾ ਫੈਸਲਾ ਕੀਤਾ ਹੈ, ਕਰਨਾ ਨਹੀਂ ਕਰਨਾ ਉਹਨਾਂ ਦਾ ਕੰਮ ਹੈ। ਹਾਂ, ਅਕਾਲੀ ਦਲ ਇਸ ਲਈ ਪਰੇਸ਼ਾਨ ਔਰ ਹੈਰਾਨ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹ ਸੁਖਬੀਰ ਬਾਦਲ ਦੇ ਹੁਕਮ ਤੋਂ ਬਿਨਾਂ ਕਿੱਦਾਂ ਫੈਸਲਾ ਕਰਦੇ ਹੈ। ਉਹ ਚਾਹੁੰਦੇ ਹੈ ਕਿ ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਅਕਾਲ ਤਖ਼ਤ ਚੱਲੇ ਨਾ, ਅਕਾਲੀ ਦਲ ਦੇ ਹੁਕਮ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਕੰਮ ਹੀ ਨਾ ਕਰੇ, ਔਰ ਅਕਾਲ ਤਖ਼ਤ ਸਾਹਿਬ ਨੂੰ ਉਹ ਆਪਣੇ ਅਧੀਨ ਸੁਖਬੀਰ ਬਾਦਲ ਰੱਖਣਾ ਚਾਹੁੰਦੇ ਹੈ। ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਹੈ, ਇਹ 'ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗੇ।